ਕਹਿੰਦਾ ਧੱਕੇ ਚੜ ਗਏ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ। ਜੀ ਹਾਂ, ਪਿੱਛੇ ਝਾਤ ਮਾਰੀਏ ਤਾਂ ਇਹ ਗਾਣਾ ਬੇਹੱਦ ਮਕਬੂਲ ਹੋਇਆ ਕਰਦਾ ਸੀ, ਹਰ ਇੱਕ ਦੀ ਜ਼ੁਬਾਨ ਤੇ ਚੜਿਆ ਹੋਇਆ ਸੀ ਤੇ ਅਸੀਂ ਇਸ ਨੂੰ ਗਾਉਂਦੇ ਵੀ ਕੁਝ ਮਜ਼ਾਕੀਆ ਜਿਹੇ ਲਹਿਜ਼ੇ ਨਾਲ ਹੁੰਦੇ ਸੀ, ਕਿਉਂਕਿ ਸਾਡੀ ਨਜ਼ਰਾਂ 'ਚ ਪੰਜਾਬ ਪੁਲਿਸ ਦੀ ਛਵੀ ਹੀ ਕੁਝ ਅਜਿਹੀ ਬਣੀ ਹੋਈ ਸੀ ਜਿਸ ਨੂੰ ਵੇਖਿਆ ਜਾਵੇ ਤਾਂ ਕਾਫੀ ਹੱਦ ਤੱਕ ਸਹੀ ਵੀ ਕਿਹਾ ਜਾ ਸਕਦਾ, ਲੇਕਿਨ ਪੂਰਨ ਤੌਰ ਤੇ ਨਹੀਂ ਕਿਹਾ ਜਾ ਸਕਦਾ ਇਸ ਨੂੰ ਸਹੀ। ਤੇ ਅੱਜ ਸਾਡੀ ਪੰਜਾਬ ਪੁਲਿਸ ਦਾ ਕੰਮ ਵਾਕਿਆ 'ਚ ਕਾਬਿਲੇ ਤਾਰੀਫ ਹੈ, ਉਹ ਵੀ ਉਹਨਾਂ ਹਾਲਾਤਾਂ 'ਚ ਜਦ ਇਸ ਭਿਆਨਕ ਬਿਮਾਰੀ ਦੇ ਚੱਲਦਿਆਂ ਅਸੀਂ ਪੂਰੇ ਪਰਿਵਾਰ ਸਮੇਤ ਆਪਣੇ ਘਰ 'ਚ ਬੈਠੇ ਹੋਏ ਹਾਂ ਸੁਰੱਖਿਅਤ, ਜਦਕਿ ਪੰਜਾਬ ਪੁਲਿਸ ਇਹਨਾਂ ਸੰਕਟ ਭਰੇ ਹਾਲਾਤਾਂ ਦੇ ਵਿੱਚ ਵੀ ਸਾਡੀ ਸੁਰੱਖਿਆ ਦੇ ਲਈ ਗਲੀਆਂ, ਸੜਕਾਂ, ਪਿੰਡਾਂ, ਸ਼ਹਿਰਾਂ, ਮਤਲਬ ਹਰ ਨੁੱਕੜ 'ਤੇ ਪੂਰੀ ਰਾਤ ਦਿਨ ਤਹਿ ਦਿਲੀ ਨਾਲ, ਪੂਰੀ ਸ਼ਿੱਦਤ ਨਾਲ ਆਪਣੀ ਡਿਊਟੀ ਨਿਭਾਉਂਦੀਆਂ ਨਜ਼ਰ ਆ ਰਹੀਆਂ ਨੇ, ਸਿਰਫ ਤੇ ਸਿਰਫ ਸਾਡੀ ਸੁਰੱਖਿਆ ਲਈ, ਨਾ ਕਿ ਉਹਨਾਂ ਦੀ ਆਪਣੀ ਸੁਰੱਖਿਆ ਲਈ ਕੇਵਲ। ਜਦਕਿ ਉਹਨਾਂ ਦਾ ਪਰਿਵਾਰ ਤਾਂ ਉਹਨਾਂ ਤੋਂ ਦੂਰ ਉਹਨਾਂ ਦੇ ਘਰ ਬੈਠਿਆ ਹੈ ਉਹਨਾਂ ਦੀ ਇੰਤਜ਼ਾਰ ਵਿੱਚ, ਅਤੇ ਅਸੀਂ ਕੀ ਕਰ ਰਹੇ ਹਾਂ? ਸਾਡਾ ਵੀ ਫਰਜ਼ ਆਹੀ ਬਣਦਾ ਕਿ ਇਸ ਮੁਸ਼ਕਿਲ ਘੜੀ ਦੇ ਵਿੱਚ ਉਹਨਾਂ ਦਾ ਸਾਥ ਦਈਏ ਅਤੇ ਉਹਨਾਂ ਦੁਆਰਾ ਕੀਤੇ ਗਏ ਸ਼ਲਾਘਾਯੋਗ ਕੰਮਾਂ ਦੀ ਹੌਸਲਾ ਅਫਜ਼ਾਈ ਕਰੀਏ ਅਤੇ ਆਪਣੇ ਘਰਾਂ ਦੇ ਵਿੱਚ ਟਿੱਕੇ ਬੈਠੀਏ ਤਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ। ਅਤੇ ਇਹ ਵੀ ਕਹਿਣ ਜਾਂ ਸੁਣਨ ਨੂੰ ਨਾ ਮਿਲੇ ਕਿ ਪੰਜਾਬ ਪੁਲਿਸ ਦਾ ਵਤੀਰਾ ਸਾਡੇ ਪ੍ਰਤੀ ਸਖ਼ਤ ਹੈ ਜਾਂ ਫਿਰ ਖਰਾਬ ਹੈ। ਸੋ ਮੁੱਕਦੀ ਗੱਲ ਆਹੀ ਹੈ ਜੀ ਕਿ ਪੁਲਿਸ ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਅਜਿਹੇ ਸੰਜੀਦਾ ਹਾਲਾਤਾਂ ਦੇ ਵਿੱਚ ਸਾਰੇ ਹੀ ਕਾਰਜ ਸ਼ਲਾਘਾਯੋਗ ਨੇ, ਫਿਰ ਚਾਹੇ ਉਹ ਉਹਨਾਂ ਦੁਆਰਾ ਨਿਭਾਈ ਗਈ ਡਿਊਟੀ ਦਾ ਕੰਮ ਹੋਵੇ ਜਾਂ ਫਿਰ ਡਿਊਟੀ ਤੋਂ ਅਲੈਦਾ ਜਿਹੜੇ ਉਹ ਕੰਮ ਸਮਾਜ ਪ੍ਰਤੀ ਕਰ ਰਹੇ ਨੇ, ਸਮਾਜ ਦੀ ਸੇਵਾ ਕਰਕੇ ਉਹ। ਅਤੇ ਹੁਣ ਸਾਡੀ ਤਾਰੀਫ ਤਾਂ ਹੀ ਹੋਵੇਗੀ ਜੇ ਅਸੀਂ ਉਹਨਾਂ ਦਾ ਸਾਥ ਦਈਏ, ਆਪਣੇ ਘਰਾਂ 'ਚ ਬੈਠੀਏ ਅਤੇ ਗਲੀ ਮੁਹੱਲੇ ਨੁੱਕੜਾਂ ਚੁਰਾਹਿਆਂ 'ਤੇ ਖੜ੍ਹੇ ਹੋਏ ਲੋਕਾਂ ਦੇ ਕਾਫਲਿਆਂ ਦੇ ਅੰਦਰ ਨਾ ਸ਼ਾਮਿਲ ਹੋ ਕੇ ਬਲਕਿ ਪੁਲਿਸ ਪ੍ਰਸ਼ਾਸਨ ਦੀ ਮਦਦ ਕਰਕੇ ਅਜਿਹੇ ਲੋਕਾਂ ਦੇ ਕਾਫਲਿਆਂ 'ਤੇ ਠੱਲ ਪਾਈਏ, ਉਹਨਾਂ ਦੇ ਕੰਮਾਂ ਨੂੰ ਰੋਕੀਏ ਤਾਂ ਕਿ ਇਹ ਜਿਹੜੀ ਬਿਮਾਰੀ ਹੈ ਉਹ ਘਾਤਕ ਰੂਪ ਧਾਰਨ ਨਾ ਕਰ ਪਾਏ ਅਤੇ ਇਸ ਨੂੰ ਇੱਥੇ ਹੀ ਠੱਲ ਪਾਈ ਜਾ ਸਕੇ। ਅਤੇ ਹੁਣ ਅਖੀਰ ਦੇ ਵਿੱਚ ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਇਹੀ ਕਹਾਂਗੀ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹਿ ਕੇ ਪੁਲਿਸ ਪ੍ਰਸ਼ਾਸਨ ਦੇ ਕੰਮ ਨੂੰ ਹਲਕਾ ਕਰੋ, ਉਹਨਾਂ 'ਤੇ ਬੋਝ ਨਾ ਬਣੋ ਅਤੇ ਆਪਣੇ ਪਰਿਵਾਰ ਵੱਲ ਦੇਖੋ। ਆਪਣੇ ਪਰਿਵਾਰ ਨੂੰ ਤੁਸੀਂ ਤਾਂ ਹੀ ਸੁਰੱਖਿਅਤ ਰੱਖ ਪਾਓਗੇ ਜੇ ਤੁਸੀਂ ਘਰਾਂ 'ਚ ਰਹੋਗੇ। ਅਤੇ ਆਪਣੇ ਪੂਰੇ ਪੰਜਾਬ ਵੱਲ ਦੇਖੋ, ਆਪਾਂ ਸੋਹਣੇ ਜਿਹੇ ਪੰਜਾਬ 'ਚ ਰਹਿੰਦੇ ਸੀ ਅਤੇ ਹੁਣ ਕਿਤੇ ਸਾਡੇ ਹਾਸੇ ਜਿਵੇਂ ਇੱਦਾਂ ਲੱਗ ਰਿਹਾ ਕਿਤੇ ਰੁਲ ਪੁੜ ਗਏ ਹੋ। ਕੀ ਤੁਸੀਂ ਅਜਿਹੇ ਪੰਜਾਬ ਨੂੰ ਸੱਦਾ ਦੇਣਾ ਚਾਹੁੰਦੇ ਕਿ ਕਦੀ ਅਸੀਂ ਹੱਸ ਨਾ ਸਕੀਏ, ਕਦੇ ਬਾਹਰ ਨਾ ਨਿਕਲ ਸਕੀਏ, ਅਤੇ ਫਿਰ ਜਲਦੀ ਤੋਂ ਜਲਦੀ ਇਸ ਕਰੋਨਾ ਜਿਹੀ ਘਾਤਕ ਬਿਮਾਰੀ ਨੂੰ ਠੱਲ ਪਾਉਣੀ ਬਹੁਤ ਜ਼ਰੂਰੀ ਹੋਵੇਗੀ ਤਾਂ ਜੇ ਆਪਾਂ ਘਰਾਂ 'ਚ ਰਹਾਂਗੇ। ਸੋ ਘਰਾਂ 'ਚ ਰਹੋ, ਸੁਰੱਖਿਅਤ ਰਹੋ, ਆਪਣੇ ਪਰਿਵਾਰ ਵੱਲ ਧਿਆਨ ਦਿਓ ਅਤੇ ਇੱਦਾਂ ਹੀ ਹੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ ਸੁਰੱਖਿਅਤ ਰਹੋ। ਅਤੇ ਜੈ ਹਿੰਦ ਕਹਿੰਦੇ ਹੋਏ ਹੁਣ ਮੈਂ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੀ। ਧੰਨਵਾਦ।